Religion Outlook. ਸੋਰਠ ਮਹਿਲਾ ਤੀਜਾ ਚੌਤੁਕੇ ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ ਸਤਿਗੁਰ ਸੇਵੇ ਸਦਾ ਸੁਖ ਪਾਏ ਹਉ ਮੈਂ ਸ਼ਬਦ ਸਮਾਣੀ। ਹੇ ਭਾਈ, ਪਰਮਾਤਮਾ ਦੀ ਭਗਤੀ ਗੁਰੂ ਦੇ ਰਾਹੀਂ ਹੀ ਹੋ ਸਕਦੀ ਹੈ। ਸਦਾ ਥਿਰ ਰਹਿਣ ਵਾਲੀ ਭਗਤੀ, ਉਹ ਭਗਤੀ ਨਹੀਂ ਜਿਹੜੀ ਹੁਣ ਕੀਤੀ ਅਤੇ ਕੱਲ੍ਹ ਨੂੰ ਭੁੱਲ ਗਏ, ਉਹ ਭਗਤੀ ਨਹੀਂ ਜਿਸ ਵਿੱਚੋਂ ਹੁਣ ਆਨੰਦ ਆਇਆ ਪਰ ਕੱਲ੍ਹ ਨੂੰ ਨਹੀਂ ਆਇਆ। ਸਦਾ ਥਿਰ ਭਗਤੀ, ਸੱਚੀ ਭਗਤੀ ਸਤਿਗੁਰੂ ਦੇ ਰਾਹੀਂ ਹੀ ਹੋ ਸਕਦੀ ਹੈ, ਜਿਸ ਦੇ ਵਿੱਚੋਂ ਅੱਜ ਵੀ ਓਨਾ ਹੀ ਆਨੰਦ ਆਉਣਾ ਹੈ ਅਤੇ ਕੱਲ੍ਹ ਨੂੰ ਵੀ ਓਨਾ ਹੀ ਆਨੰਦ ਆਏਗਾ। ਜੋ ਤੁਸੀਂ ਅੱਜ ਵੀ ਕਰੋਗੇ ਅਤੇ ਕੱਲ੍ਹ ਨੂੰ ਵੀ ਕਰੋਗੇ ਅਤੇ ਸਦਾ ਕਰਦੇ ਰਹੋਗੇ। ਸੱਚੀ ਭਗਤ ਸਤਿਗੁਰ ਤੇ ਹੋਵੇ ਸੱਚੀ ਹਿਰਦੈ ਬਾਣੀ, ਸਦਾ ਥਿਰ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਹਿਰਦੇ 'ਚ ਟਿਕ ਜਾਂਦੀ ਹੈ ਜਦੋਂ ਅਸੀਂ ਸੱਚੀ ਭਗਤੀ ਕਰਦੇ ਹਾਂ ਗੁਰੂ ਦੇ ਰਾਹੀਂ। ਸਤਿਗੁਰ ਸੇਵੇ ਸਦਾ ਸੁੱਖ ਪਾਏ ਹਉ ਮੈਂ ਸ਼ਬਦ ਸਮਾਣੀ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪੈਂਦਾ ਉਹ ਸਦਾ ਸੁੱਖ ਮਾਣਦਾ, ਉਹਦੀ ਹਉਮੈ ਗੁਰੂ ਦੇ ਸ਼ਬਦ ਵਿੱਚ ਹੀ ਮੁੱਕ ਜਾਂਦੀ ਹੈ। ਬਿਨ ਗੁਰ ਸਾਚੇ ਭਗਤ ਨਾ ਹੋਵੀ, ਹੋਰ ਭੁੱਲੀ ਫਿਰੈ ਆਣੀ, ਮਨ ਮੁਖ ਫਿਰੈ ਸਦਾ ਦੁੱਖ ਪਾਵਹਿ, ਡੂਬ ਮੂਏ ਵਿਣ ਪਾਣੀ। ਬਿਨ ਗੁਰ ਸੱਚੇ ਭਗਤ ਨਾ ਹੋਵੀ, ਸੱਚੇ ਗੁਰੂ ਤੋਂ ਬਿਨਾਂ ਭਗਤੀ ਨਹੀਂ ਹੋ ਸਕਦੀ। ਜਿਹੜੀ ਅਣਜਾਣ ਲੁਕਾਈ ਗੁਰੂ ਦੇ ਦਰ 'ਤੇ ਨਹੀਂ ਆਉਂਦੀ ਉਹ ਕਰਾਹੇ ਪਈ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਭਟਕਦੇ ਫਿਰਦੇ ਹਨ, ਸਦਾ ਦੁੱਖ ਪਾਉਂਦੇ ਹਨ, ਉਹ ਮਾਨੋ ਪਾਣੀ ਤੋਂ ਬਿਨਾਂ ਹੀ ਡੁੱਬ ਮਰਦੇ ਹਨ। ਭਾਈ ਰੇ ਸਦਾ ਰਹੋ ਸ਼ਰਣਾਈ, ਆਪਣੀ ਨਦਰ ਕਰੇ ਪਤ ਰੱਖੈ, ਹਰ ਨਾਮੋ ਦੇ ਵਡਿਆਈ ਰਹਾਓ। ਹੇ ਭਾਈ, ਸਦਾ ਰਹੋ ਸ਼ਰਣਾਈ, ਸਦਾ ਹੀ ਗੁਰੂ ਦੀ ਸ਼ਰਨ ਟਿਕਿਆ ਰਹਿ। ਜਿਹੜਾ ਮਨੁੱਖ ਗੁਰੂ ਦੀ ਸ਼ਰਨ ਪਿਆ ਰਹਿੰਦਾ ਉਸ ਉੱਤੇ ਗੁਰੂ ਆਪਣੀ ਮਿਹਰ ਦੀ ਨਿਗਾਹ ਕਰਦਾ, ਉਸਦੀ ਇੱਜ਼ਤ ਰੱਖਦਾ, ਉਸਨੂੰ ਪ੍ਰਭੂ ਦਾ ਨਾਮ ਬਖਸ਼ਦਾ, ਜੋ ਕਿ ਇੱਕ ਵੱਡੀ ਇੱਜ਼ਤ ਹੈ। ਪੂਰੇ ਗੁਰ ਤੇ ਆਪ ਪਛਾਤਾ, ਸ਼ਬਦ ਸੱਚਾ ਵਿਚਾਰਾ, ਹਿਰਦੈ ਜਗ ਜੀਵਨ ਸਦ ਵਸਿਆ, ਤਜ ਕਾਮ ਕ੍ਰੋਧ ਅਹੰਕਾਰਾ। ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਂਦੇ ਹਾਂ ਤਾਂ ਕੀ ਹੁੰਦਾ? ਪੂਰੇ ਗੁਰ ਤੇ ਆਪ ਪਛਾਤਾ, ਜਦੋਂ ਮਨੁੱਖ ਗੁਰੂ ਦੇ ਲੜ ਲੱਗ ਜਾਂਦਾ ਤਾਂ ਉਹ ਆਪਣੇ ਆਪੇ ਦੀ ਪਛਾਣ ਕਰਨ ਲੱਗ ਜਾਂਦਾ, ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰ ਦਿੰਦਾ। ਆਮ ਤੌਰ 'ਤੇ ਲੋਕ
ਸੁੱਤੇ ਸਿੱਧ ਹੀ ਤੁਰੇ ਫਿਰਦੇ ਨੇ, ਐਕਸ਼ਨ ਲੈਂਦੇ ਜਾਂਦੇ ਨੇ, ਭਾਵ ਕਿ ਕੁਝ ਨਾ ਕੁਝ ਕਰਦੇ ਜਾਂਦੇ ਨੇ, ਫੈਸਲੇ ਲੈਂਦੇ ਜਾਂਦੇ ਨੇ, ਪਰ ਕਿਸੇ ਵੀ ਫੈਸਲੇ ਬਾਰੇ, ਕਿਸੇ ਵੀ ਆਪਣੇ ਐਕਸ਼ਨ ਦੇ ਬਾਰੇ, ਕਿਸੇ ਵੀ ਆਪਣੇ ਕੰਮ ਦੇ ਬਾਰੇ ਡੂੰਘਾਈ ਦੇ ਵਿੱਚ ਸੋਚਦੇ ਨਹੀਂ। ਨਾ ਉਹਦੇ ਨਤੀਜਿਆਂ ਬਾਰੇ ਸੋਚਦੇ ਨੇ, ਨਾ ਉਹਦੇ ਵਿੱਚੋਂ ਮਿਲਣ ਵਾਲੇ ਆਨੰਦ ਬਾਰੇ ਸੋਚਦੇ ਨੇ ਕਿ ਜੋ ਉਹ ਕਰਦੇ ਪਏ ਨੇ ਉਹਦੇ ਵਿੱਚੋਂ ਸਥਾਈ ਆਨੰਦ ਮਿਲਣਾ ਜਾਂ ਸਿਰਫ ਥੋੜ੍ਹ ਚਿਰਾ ਆਨੰਦ ਮਿਲਣਾ, ਅਤੇ ਬਾਅਦ ਦੇ ਵਿੱਚ ਉਸ ਆਨੰਦ ਦੀ ਕਮੀ ਜਿਹੜੀ ਮਹਿਸੂਸ ਹੋਣੀ ਆ ਉਹ ਲੰਬਾ ਚਿਰ ਹੋਣੀ ਹੈ। ਹੁਣ ਆਨੰਦ ਜੋ ਹੈ ਉਹ ਕੋਈ ਅਨਾਜ ਜਾਂ ਕੋਈ ਤਰਲ ਪਦਾਰਥ ਤਾਂ ਹੈ ਨਹੀਂ ਕਿ ਅਸੀਂ ਉਹਨੂੰ ਮਿਣ ਜਾਂ ਤੋੜ ਸਕੀਏ, ਪਰ ਜੇ ਅਸੀਂ ਇੱਕ ਸਕੇਲ ਬਣਾ ਲਈਏ ਕਿ ਅਸੀਂ ਕੋਈ ਕੰਮ ਕੀਤਾ, ਉਸ ਸਕੇਲ ਦੇ ਮੁਤਾਬਕ 10 ਯੂਨਿਟ ਆਨੰਦ ਅਸੀਂ ਪ੍ਰਾਪਤ ਕੀਤਾ ਉਸ ਕੰਮ ਦੇ ਵਿੱਚੋਂ, ਹੁਣ ਜੇ ਤਾਂ ਉਹ ਆਨੰਦ ਸਦਾ ਥਿਰ ਰਹਿਣ ਵਾਲਾ ਹੈ ਤਾਂ ਉਹ 10 ਯੂਨਿਟ ਆਨੰਦ ਸਦਾ ਹੀ ਸਾਡੇ ਮਨ ਦੇ ਵਿੱਚ ਬਣਿਆ ਰਹੇਗਾ। ਪਰ ਜਿੰਨੇ ਵੀ ਦੁਨਿਆਵੀ ਐਕਸ਼ਨ ਨੇ ਉਹਨਾਂ ਦੇ ਵਿੱਚੋਂ ਮਿਲਣ ਵਾਲਾ ਆਨੰਦ ਕਦੇ ਵੀ ਸਥਾਈ ਨਹੀਂ ਹੁੰਦਾ। ਜੇ ਤੁਹਾਨੂੰ ਉਹ 10 ਯੂਨਿਟ ਆਨੰਦ ਮਿਲਿਆ ਤਾਂ ਜਿੰਨੀ ਵੀ ਉਸ ਆਨੰਦ ਦੀ ਜ਼ਿੰਦਗੀ ਹੈ, ਭਾਵ ਕਿ ਉਹ ਕੁਝ ਮਿੰਟ ਰਹਿਣਾ, ਕੁਝ ਘੰਟੇ ਰਹਿਣਾ ਜਾਂ ਹੋ ਸਕਦਾ ਇੱਕ ਦਿਨ ਬਣਿਆ ਰਹੇ, ਜਦੋਂ ਉਹ ਖਤਮ ਹੋ ਗਿਆ ਤਾਂ ਤੁਹਾਡਾ ਉਹ ਜਿਹੜਾ ਸਕੇਲ ਆਪਾਂ ਆਪਣੇ ਮਨ ਦੇ ਵਿੱਚ ਹੀ ਸੋਚਿਆ ਹੈ ਜਿਸ ਦੇ ਉੱਤੇ 10 ਯੂਨਿਟ ਤੱਕ ਇਹ ਆਨੰਦ ਸਾਨੂੰ ਮਿਲਿਆ ਸੀ, ਜਦੋਂ ਉਹ ਆਨੰਦ ਖਤਮ ਹੋ ਗਿਆ ਤੁਸੀਂ ਨੈਗੇਟਿਵ 'ਚ ਚੱਲ ਜਾਓਗੇ। ਨੈਗੇਟਿਵ ਦੇ ਵਿੱਚ ਚੱਲ ਜਾਓਗੇ, ਤੁਹਾਨੂੰ ਹੋਰ ਕੁਝ ਕਰਨ ਦੀ ਲੋੜ ਮਹਿਸੂਸ ਹੋਣ ਲੱਗੇਗੀ ਕਿ ਹੁਣ ਕੁਝ ਹੋਰ ਕੀਤਾ ਜਾਵੇ ਤਾਂ ਕਿ ਆਨੰਦ ਆ ਸਕੇ, ਤਾਂ ਕਿ ਅਸੀਂ ਉਸ ਸਕੇਲ ਦੇ ਉੱਤੇ ਆਨੰਦ ਦੀ ਜਿਹੜੀ ਮੈਜਰਮੈਂਟ ਹੈ ਉਹਨੂੰ ਅਸੀਂ ਪੋਜ਼ਿਟਿਵ ਦੇ ਵਿੱਚ ਲੈ ਕੇ ਆਈਏ। ਅਤੇ ਇਸੇ ਪ੍ਰਕਾਰ ਹੀ ਮਨੁੱਖ ਰੈਟ ਰੇਸ ਕਹਿ ਲਵੋ ਉਹਦੇ ਵਿੱਚ ਫਸ ਜਾਂਦਾ। ਇੱਕ ਕੰਮ ਕੀਤਾ, ਵਧੀਆ ਮਹਿਸੂਸ ਕੀਤਾ, ਉਹ ਕੰਮ ਖਤਮ ਹੋਇਆ ਨਾਲ ਦੀ ਨਾਲ ਹੀ ਉਹ ਵਧੀਆ ਫੀਲਿੰਗ ਜਿਹੜੀ ਸੀ ਉਹ ਵੀ ਖਤਮ ਹੋ ਜਾਂਦੀ ਹੈ। ਫਿਰ ਉਹਨੂੰ ਲੱਗਦਾ ਕਿ ਹੁਣ ਕੁਝ ਹੋਰ ਕੀਤਾ ਜਾਵੇ ਜਿਹਦੇ ਵਿੱਚੋਂ ਕਿ ਆਨੰਦ ਮਿਲੇ, ਅਤੇ ਇਸ ਆਨੰਦ ਦੀ ਭਾਲ ਦੇ ਵਿੱਚ ਉਹ ਸਾਰੀ ਉਮਰ ਇੱਦਾਂ ਹੀ ਲੱਗਿਆ ਰਹਿੰਦਾ। ਐਸੀ ਕੋਈ ਚੀਜ਼ ਲੱਭ ਨਹੀਂ ਪਾਉਂਦਾ ਜਿਸ ਦੇ ਵਿੱਚੋਂ ਆਨੰਦ ਮਿਲੇ ਪਰ ਉਹ ਖਤਮ ਨਾ ਹੋਵੇ। ਐਸੀ ਚੀਜ਼ ਉਹ ਲੱਭੇ ਤਾਂ ਲੱਭੇ ਜੇ ਆਪਣੇ ਆਪ ਦੀ ਪੜਚੋਲ ਕਰੇ, ਜੇ ਆਪਣੇ ਜੀਵਨ ਦੇ ਉੱਤੇ ਥੋੜ੍ਹਾ ਧਿਆਨ ਦੇਵੇ ਕਿ ਕਿਸ ਚੀਜ਼ ਦੇ ਵਿੱਚੋਂ ਉਹਨੂੰ ਕਿੰਨਾ ਕੁ ਆਨੰਦ ਮਿਲਦਾ ਅਤੇ ਕਿੰਨਾ ਕੁ ਟਾਈਮ ਉਹ ਆਨੰਦ ਰਹਿੰਦਾ, ਆਪਣੇ ਜੀਵਨ ਦੇ ਵਿੱਚੋਂ ਕੀ ਕਰਦਾ ਪਿਆ। ਸੁੱਤੇ ਸਿੱਧ ਹੀ ਜੀਵਨ ਨੂੰ ਨਾ ਚਲਾਈ ਚੱਲੇ, ਧਿਆਨ ਦੇਵੇ ਆਪਦੀ ਹਰ ਇੱਕ ਚੀਜ਼ ਦੇ ਉੱਤੇ। ਇੰਗਲਿਸ਼ ਦੇ ਵਿੱਚ ਗੱਲ ਕਰ ਲਈਏ ਤਾਂ ਮਾਈਂਡਫੁੱਲ ਹੋ ਜਾਵੇ, ਅਤੇ ਆਪਣੇ ਆਤਮਕ ਜੀਵਨ ਦੀ ਪੜਤਾਲਣਾ ਮਨੁੱਖ ਉਦੋਂ ਸ਼ੁਰੂ ਕਰਦਾ ਹੈ ਜਦੋਂ ਗੁਰੂ ਦੇ ਲੜ ਲੱਗ ਜਾਂਦਾ। ਅਤੇ ਜਿਹਨੇ ਇਹ ਕਰ ਲਿਆ, ਜਿਸ ਨੇ ਪੂਰੇ ਗੁਰ 'ਤੇ ਆਪ ਪਛਾਤਾ, ਉਹ ਫਿਰ ਕੀ ਕਰਦਾ? ਸ਼ਬਦ ਸੱਚਾ ਵਿਚਾਰਾ, ਗੁਰੂ ਦੇ ਸ਼ਬਦਾਂ ਰਾਹੀਂ ਸਦਾ ਸਿਰ ਪ੍ਰਭੂ ਦੀ ਸਿਫਤ ਸਲਾਹ ਕਰਦਾ, ਪ੍ਰਭੂ ਦੇ ਗੁਣਾਂ ਨੂੰ ਵਿਚਾਰਨਾ ਸ਼ੁਰੂ ਕਰਦਾ। ਅਤੇ ਜਦੋਂ ਤੁਸੀਂ ਪ੍ਰਭੂ ਦੀ ਮਹੱਤਵ ਨੂੰ ਸਮਝ ਲਿਆ ਤਾਂ ਇੱਕ ਸਥਾਈ ਆਨੰਦ ਤੁਹਾਡੇ ਅੰਦਰ ਰਹਿਣਾ ਸ਼ੁਰੂ ਹੋ ਜਾਂਦਾ। ਕਾਮ, ਕ੍ਰੋਧ, ਅਹੰਕਾਰ ਆਦਿਕ ਵਿਕਾਰ ਤਿਆਗਣ ਦੇ ਨਾਲ ਅਜੇ ਮਨੁੱਖ ਦੇ ਹਿਰਦੇ ਵਿੱਚ ਜਗਤ ਦਾ ਜੀਵਨ ਪ੍ਰਭੂ ਸਦਾ ਲਈ ਆ ਵਸਦਾ ਅਤੇ ਪਰਮਾਤਮਾ ਸਾਡੇ ਸਭਨਾਂ ਦੇ ਅੰਦਰ ਹੈ, ਪਰ ਉਹਨੂੰ ਮਹਿਸੂਸ ਅਸੀਂ ਬਹੁਤ ਹੀ ਘੱਟ ਮੌਕਿਆਂ 'ਤੇ ਕਰਦੇ ਹਾਂ, ਅਤੇ ਜ਼ਿਆਦਾਤਰ ਉਦੋਂ ਮਹਿਸੂਸ ਕਰਦੇ ਹਾਂ ਜਦੋਂ ਅਸੀਂ ਦੁਖੀ ਹੁੰਦੇ ਹਾਂ। ਜਦੋਂ ਸਾਨੂੰ ਅਰਦਾਸ ਕਰਨ ਦੀ ਲੋੜ ਮਹਿਸੂਸ ਹੁੰਦੀ ਹੈ ਉਦੋਂ ਅਸੀਂ ਗੁਰੂ ਘਰ ਨਹੀਂ ਜਾਂਦੇ, ਜਾਂ ਇਹ ਕਹਿ ਲਈਏ ਕਿ ਗੁਰੂ ਘਰ ਜਾਣ ਦਾ ਇੰਤਜ਼ਾਰ ਨਹੀਂ ਕਰਦੇ,
ਅਸੀਂ ਜਿੱਥੇ ਹੁੰਦੇ ਹਾਂ ਉੱਥੇ ਖੜ੍ਹੇ ਹੀ ਉਸ ਪਰਮਾਤਮਾ ਅੱਗੇ ਅਰਜ਼ੋਈ ਕਰ ਦਿੰਦੇ ਹਾਂ। ਉਸ ਵਕਤ ਅਸੀਂ ਆਪਣੇ ਅੰਦਰ ਵੱਸਦੇ ਪਰਮਾਤਮਾ ਨੂੰ ਪਛਾਣਦੇ ਹਾਂ, ਪਰ ਕੁਝ ਪਲਾਂ ਦੇ ਲਈ ਫਿਰ ਭੁੱਲ ਜਾਂਦੇ ਹਾਂ। ਪਰ ਜੇ ਵਾਕਈ ਗੁਰੂ ਦੇ ਲੜ ਲੱਗ ਜਾਈਏ, ਗੁਰੂ ਦੇ ਸ਼ਬਦਾਂ ਨੂੰ ਸਮਝ ਲਈਏ, ਤਾਂ ਪਰਮਾਤਮਾ ਦੇ ਨਾਲ ਇਹ ਕਨੈਕਸ਼ਨ ਜਿਹੜਾ ਸਾਡਾ ਉਹ ਸਦਾ ਲਈ ਜੁੜ ਜਾਂਦਾ। ਅਸੀਂ ਪਰਮਾਤਮਾ ਦੀ ਮੌਜੂਦਗੀ ਨੂੰ ਆਪਣੇ ਅੰਦਰ ਸਦਾ ਲਈ ਮਹਿਸੂਸ ਕਰਨ ਲੱਗਦੇ ਹਾਂ। ਕੋਈ ਐਸਾ ਪਲ ਨਹੀਂ ਹੁੰਦਾ ਜਦੋਂ ਸਾਨੂੰ ਅੰਦਰ ਆਪਣੇ ਪ੍ਰਭੂ ਮਹਿਸੂਸ ਨਾ ਹੋਵੇ। ਪਰ ਉਹਦੇ ਲਈ ਸਾਰਿਆਂ ਤੋਂ ਪਹਿਲਾਂ ਹੰਕਾਰ ਜਿਹੜਾ ਨਾ, ਈਗੋ ਜਿਹੜੀ ਹੈ, ਉਹਨੂੰ ਬਾਹਰ ਕੱਢਣਾ ਪੈਣਾ। ਫਿਰ ਹੌਲੀ ਹੌਲੀ ਦੂਜੇ ਵਿਕਾਰ ਉਹਨਾਂ ਨੂੰ ਵੀ ਖਤਮ ਕਰਨਾ ਪੈਣਾ। ਫਿਰ ਸਾਡੀ ਅਜਿਹੀ ਅਵਸਥਾ ਬਣਦੀ ਹੈ ਕਿ ਸਦਾ ਅਸੀਂ ਪਰਮਾਤਮਾ ਨਾਲ ਜੁੜੇ ਰਹਿ ਸਕੀਏ। ਸਦਾ ਹਜੂਰ ਰਵਿਆ ਸਭ ਠਾਈ, ਹਿਰਦੈ ਨਾਮ ਅਪਾਰਾ, ਜੁਗ ਜੁਗ ਬਾਣੀ ਸ਼ਬਦ ਪਛਾਣੀ, ਨਾਉ ਮਿੱਠਾ ਮਨ ਹੈ ਪਿਆਰਾ। ਜਿਸ ਮਨੁੱਖ ਦੀ ਗੱਲ ਇਸ ਸ਼ਬਦ ਦੇ ਵਿੱਚ ਹੋ ਰਹੀ ਹੈ ਕਿ ਜਿਹੜਾ ਗੁਰੂ ਦੇ ਲੜ ਲੱਗਿਆ ਅਤੇ ਉਹਨੇ ਆਪਣੇ ਆਤਮਕ ਜੀਵਨ ਨੂੰ ਪੜਤਾਲਣਾ ਸ਼ੁਰੂ ਕੀਤਾ, ਜਦੋਂ ਬੇਅੰਤ ਪ੍ਰਭੂ ਦਾ ਨਾਮ ਉਹਦੇ ਹਿਰਦੇ 'ਚ ਆ ਵੱਸਦਾ ਹੈ, ਤਾਂ ਪ੍ਰਭੂ ਉਸਨੂੰ ਹਰ ਵੇਲੇ ਅੰਗ ਸੰਗ ਦਿਸਣ ਲੱਗ ਜਾਂਦਾ ਹੈ, ਸਭ ਥਾਵਾਂ ਦੇ ਵਿੱਚ ਮੌਜੂਦ ਦਿਸਣ ਲੱਗ ਜਾਂਦਾ ਹੈ। ਗੁਰੂ ਦੇ ਸ਼ਬਦ ਰਾਹੀਂ ਉਹਨੂੰ ਇਹ ਪਛਾਣ ਆ ਜਾਂਦੀ ਹੈ ਕਿ ਪਰਮਾਤਮਾ ਨਾਲ ਮਿਲਾਪ ਦਾ ਵਸੀਲਾ ਹਰੇਕ ਯੁੱਗ ਦੇ ਵਿੱਚ ਗੁਰੂ ਦੀ ਬਾਣੀ ਹੀ ਹੈ। ਪਰਮਾਤਮਾ ਦਾ ਨਾਮ ਉਸਨੂੰ ਆਪਣੇ ਮਨ ਦੇ ਵਿੱਚ ਪਿਆਰਾ ਲੱਗਣ ਲੱਗ ਜਾਂਦਾ ਹੈ। ਸਤਿਗੁਰ ਸੇਵ ਜਿਨ ਨਾਮ ਪਛਾਤਾ, ਸਫਲ ਜਨਮ ਜਗ ਆਇਆ, ਹਰ ਰਸ ਚਾਖ ਸਦਾ ਮਨ ਤ੍ਰਿਪਤਿਆ, ਗੁਣ ਗਾਵੈ ਗੁਣੀ ਅਖਾਇਆ। ਜਿਸ ਮਨੁੱਖ ਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਮ ਨਾਲ ਸਾਂਝ ਪਾ ਲਈ, ਜਗਤ ਵਿੱਚ ਆ ਕੇ ਉਹਦੀ ਜ਼ਿੰਦਗੀ ਕਾਮਯਾਬ ਹੋ ਗਈ। ਪਰਮਾਤਮਾ ਦੇ ਨਾਮ ਦਾ ਸਵਾਦ ਚੱਖ ਕੇ ਉਹਦਾ ਮਨ ਸਦਾ ਲਈ ਤ੍ਰਿਪਤ ਹੋ ਜਾਂਦਾ ਹੈ। ਉਹ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ ਹੈ ਅਤੇ ਗੁਣਾਂ ਦੇ ਰਾਹੀਂ ਮਾਇਆ ਵੱਲੋਂ ਰੱਜ ਜਾਂਦਾ ਹੈ। ਪਰਮਾਤਮਾ ਦੇ ਗੁਣ ਗਾਉਂਦੇ ਗਾਉਂਦੇ ਉਹਨੂੰ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਕਿ ਇਹ ਸਾਰੇ ਹੀ ਮਾਇਕ ਪਦਾਰਥ ਜਿਨ੍ਹਾਂ ਦੇ ਪਿੱਛੇ ਦੁਨੀਆ ਭੱਜੀ ਫਿਰਦੀ ਹੈ, ਆਖਿਰਕਾਰ ਉਸ ਪਰਮਾਤਮਾ ਦੇ ਹੀ ਬਖਸ਼ੇ ਹੋਏ ਨੇ ਜਿਸ 'ਤੇ ਉਹ ਮਿਹਰ ਕਰਦਾ ਹੈ। ਜਿੰਨੀ ਕੁ ਮਿਹਰ ਕਰਦਾ ਉਹਨੂੰ ਉਨੇ ਕੁ ਮਾਇਕ ਪਦਾਰਥ ਉਹਦੇ ਜੀਵਨ ਨਿਰਵਾਹ ਦੇ ਵਾਸਤੇ ਪ੍ਰਦਾਨ ਕਰ ਦਿੰਦਾ, ਕਿਸੇ ਨੂੰ ਬਹੁਤਾ ਕਿਸੇ ਨੂੰ ਥੋੜ੍ਹਾ। ਇਹ ਉਸ ਪਰਮਾਤਮਾ ਦੀ ਰਜ਼ਾ ਹੈ, ਉਹਦੀ ਮੌਜ ਹੈ। ਕਮਲ ਪ੍ਰਗਾਸ ਸਦਾ ਰੰਗ ਰਾਤਾ, ਅਨਹਦ ਸ਼ਬਦ ਵਜਾਇਆ, ਤਨ ਮਨ ਨਿਰਮਲ ਨਿਰਮਲ ਬਾਣੀ, ਸੱਚੇ ਸੱਚ ਸਮਾਇਆ। ਅਜਿਹੇ ਮਨੁੱਖ ਦਾ ਹਿਰਦਾ ਕਮਲ ਖਿੜ ਕੇ ਸਦਾ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਰਹਿੰਦਾ ਹੈ। ਉਹ ਆਪਣੇ ਹਿਰਦੇ ਵਿੱਚ ਇੱਕ ਰਸ ਗੁਰ ਸ਼ਬਦ ਦਾ ਵਾਜਾ ਵਜਾਉਂਦਾ ਰਹਿੰਦਾ ਹੈ। ਪਵਿੱਤਰ ਬਾਣੀ ਦੀ ਬਰਕਤ ਨਾਲ ਉਹਦਾ ਮਨ ਪਵਿੱਤਰ ਹੋ ਜਾਂਦਾ ਹੈ, ਉਹਦਾ ਸਰੀਰ ਪਵਿੱਤਰ ਹੋ ਜਾਂਦਾ, ਉਹ ਸਦਾ ਥਿਰ ਪ੍ਰਭੂ ਦੇ ਵਿੱਚ ਲੀਨ ਰਹਿੰਦਾ ਹੈ। ਕਿਹੜਾ ਮਨੁੱਖ ਜਿਹਨੇ ਗੁਰੂ ਦੀ ਸ਼ਰਨ ਪੈ ਕੇ ਪਰਮਾਤਮਾ ਦੇ ਨਾਲ ਸਾਂਝ ਪਾ ਲਈ। ਸਤਿਗੁਰ ਸੇਵ ਜਿਨ ਨਾਮ ਪਛਾਤਾ, ਰਾਮ ਨਾਮ ਕੀ ਗਤ ਕੋਈ ਨਾ ਬੁਝੈ, ਗੁਰਮਤਿ ਹਿਰਦੈ ਸਮਾਈ,
ਗੁਰਮੁਖ ਹੋਵੈ ਸੋ ਮਗ ਪਛਾਣੈ ਹਰ ਰਸ ਰਸਨ ਰਸਾਈ। ਕੋਈ ਮਨੁੱਖ ਨਹੀਂ ਸਮਝ ਸਕਦਾ ਕਿ ਪਰਮਾਤਮਾ ਦੇ ਨਾਮ ਨਾਲ ਕਿਤਨੀ ਕੁ ਉੱਚੀ ਅਵਸਥਾ ਬਣ ਜਾਂਦੀ ਹੈ। ਉਂਝ ਗੁਰੂ ਦੀ ਮੱਤ ਲਿਆ ਨਾਮ ਮਨੁੱਖ ਦੇ ਹਿਰਦੇ ਵਿੱਚ ਆ ਵੱਸਦਾ ਹੈ। ਜਿਹਨੇ ਪਰਮਾਤਮਾ ਦੇ ਨਾਲ ਸਾਂਝ ਪਾ ਲਈ ਉਹਦੀ ਆਤਮਿਕ ਅਵਸਥਾ ਉੱਚੀ ਤੇ ਹੋ ਜਾਂਦੀ ਹੈ, ਕਿੰਨੀ ਕੁ ਹੋ ਜਾਂਦੀ ਹੈ ਤੇ ਆਮ ਮਨੁੱਖ ਦੇ ਨਾਲੋਂ ਓਬਜੈਕਟਿਵ ਤੌਰ ਤੇ ਕਿੰਨਾ ਕੁ ਫਰਕ ਪੈਂਦਾ। ਇਹਨਾਂ ਗੱਲਾਂ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਜਿਸ ਦੀ ਆਤਮਿਕ ਅਵਸਥਾ ਉੱਚੀ ਹੋ ਗਈ ਉਹ ਸਦਾ ਆਨੰਦਿਤ ਰਹਿਣ ਲੱਗਦਾ ਤੇ ਉਸ ਅਹਿਸਾਸ ਨੂੰ ਉਹੀ ਮਹਿਸੂਸ ਕਰ ਸਕਦਾ। ਜੇ ਉਹਨੂੰ ਕਹਿ ਦਿਓ ਕਿ ਇਹਨੂੰ ਬਿਆਨ ਕਰ ਦੇ, ਉਹ ਬਿਆਨ ਵੀ ਨਹੀਂ ਕਰ ਸਕਦਾ। ਬਿਆਨ ਕਰੇਗਾ ਤੇ ਜਿਸਨੇ ਪਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਨਹੀਂ ਕੀਤਾ ਹੋਇਆ ਉਹਨੂੰ ਉਹ ਗੱਲ ਸਮਝ ਨਹੀਂ ਲੱਗੇਗੀ। ਇਹ ਇੰਝ ਹੈ ਕਿ ਇੱਕ ਕਿਸੇ ਮਨੁੱਖ ਨੇ ਮਿੱਠਾ ਖਾ ਲਿਆ, ਮਿੱਠਾ ਕੋਈ ਪਦਾਰਥ ਖਾ ਲਿਆ, ਉਹਨੂੰ ਬੜਾ ਆਨੰਦ ਆਇਆ। ਉਹਦੇ ਸਾਹਮਣੇ ਇੱਕ ਇਨਸਾਨ ਐਸਾ ਖੜਾ ਹੈ ਜਿਸਨੇ ਕਦੇ ਵੀ ਮਿੱਠਾ ਪਦਾਰਥ ਖਾਧਾ ਹੀ ਨਹੀਂ ਕਿਸੇ ਕਾਰਨ ਕਰਕੇ, ਉਹ ਖਾ ਸਕਦਾ ਨਹੀਂ, ਤਾਂ ਉਹ ਜਿਸਨੇ ਖਾ ਲਿਆ ਉਹਨੂੰ ਕਹਿੰਦਾ ਕਿ ਮੈਨੂੰ ਜ਼ਰਾ ਸਮਝਾ ਕਿ ਕਿੰਝ ਦਾ ਹੈ ਇਸ ਪਦਾਰਥ ਦਾ ਸਵਾਦ, ਕਿੱਦਾਂ ਦਾ ਤੈਨੂੰ ਮਹਿਸੂਸ ਹੋਇਆ ਇਹਨੂੰ ਖਾ ਕੇ। ਤਾਂ ਹੁਣ ਜਿਸਨੇ ਖਾਧਾ ਹੈ ਉਹ ਲੱਖ ਕੋਸ਼ਿਸ਼ ਕਰ ਲਵੇ ਪਰ ਸਾਹਮਣੇ ਵਾਲੇ ਨੂੰ ਸਮਝਾ ਨਹੀਂ ਪਾਏਗਾ ਕਿ ਮਿੱਠਾ ਸਵਾਦ ਹੁੰਦਾ ਕੀ ਹੈ, ਕਿਉਂਕਿ ਸਾਹਮਣੇ ਵਾਲੇ ਨੇ ਕਦੇ ਮਿੱਠਾ ਖਾ ਕੇ ਹੀ ਨਹੀਂ ਦੇਖਿਆ। ਸੋ ਇਸੇ ਤਰ੍ਹਾਂ ਹੀ ਹੈ, ਜਿਸਨੇ ਪਰਮਾਤਮਾ ਨਾਲ ਸਾਂਝ ਪਾ ਲਈ ਉਹਦੀ ਮੌਜੂਦਗੀ ਨੂੰ ਆਪਣੇ ਅੰਦਰੋਂ ਮਹਿਸੂਸ ਕਰ ਲਿਆ, ਆਪਣੇ ਆਲੇ ਦੁਆਲੇ ਮਹਿਸੂਸ ਕਰ ਲਿਆ, ਉਹ ਆਨੰਦਿਤ ਰਹਿਣ ਲੱਗਦਾ ਪਰ ਕਿਸੇ ਦੂਜੇ ਇਨਸਾਨ ਨੂੰ ਉਹ ਸਮਝਾ ਨਹੀਂ ਪਾਉਂਦਾ ਕਿ ਉਹ ਕਿੱਦਾਂ ਦਾ ਮਹਿਸੂਸ ਕਰਦਾ ਅਤੇ ਕਿਉਂ ਮਹਿਸੂਸ ਕਰਦਾ, ਕਿ ਉਹ ਕਿਵੇਂ ਪਰਮਾਤਮਾ ਦੀ ਮੌਜੂਦਗੀ ਨੂੰ ਆਪਣੇ ਅੰਦਰੋਂ ਮਹਿਸੂਸ ਕਰ ਪਾਉਂਦਾ। ਕੋਸ਼ਿਸ਼ ਕਰ ਸਕਦਾ, ਆਪਾਂ ਵੀ ਕੋਸ਼ਿਸ਼ ਕਰਦੇ ਹਾਂ, ਗੁਰਬਾਣੀ ਵੀ ਕੋਸ਼ਿਸ਼ ਕਰਦੀ ਹੈ, ਪਰ ਸੱਚ ਇਹ ਹੈ ਕਿ ਰਾਮ ਨਾਮ ਕੀ ਗੱਤ ਕੋਈ ਨਾ ਬੁੱਝੈ, ਗੁਰਮਤਿ ਹਿਰਦੈ ਸਮਾਈ। ਬਸ ਇੰਨਾ ਕਿ ਗੁਰੂ ਦੀ ਮੱਤ ਲਿਆ ਪਰਮਾਤਮਾ ਦਾ ਨਾਮ ਹਿਰਦੇ 'ਚ ਆ ਵੱਸਦਾ। ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੋ ਜਾਂਦਾ ਉਹ ਪਰਮਾਤਮਾ ਦੇ ਮਿਲਾਪ ਦਾ ਰਸਤਾ ਪਛਾਣ ਲੈਂਦਾ, ਉਸ ਦੀ ਜੀਵ ਨਾਮ ਰਸ ਦੇ ਨਾਲ ਰਸ ਬਣ ਜਾਂਦੀ ਹੈ। ਜਪ ਤਪ ਸੰਜਮ ਸਭ ਗੁਰ ਤੇ ਹੋਵੈ, ਹਿਰਦੈ ਨਾਮ ਵਸਾਈ। ਨਾਨਕ ਨਾਮ ਸਮਲ ਹੈ ਸੇ ਜਨ, ਸੋਹਣ ਦਰ ਸੱਚ ਹੈ ਪਤ ਪਾਈ। ਗੁਰੂ ਦੇ ਰਾਹੀਂ ਪਰਮਾਤਮਾ ਦਾ ਨਾਮ ਹਿਰਦੇ ਵਿੱਚ ਆਵਸਦਾ ਹੈ। ਇਹੀ ਜਪ ਹੈ, ਇਹੀ ਤਪ ਹੈ, ਇਹੀ ਸੰਜਮ ਹੈ। ਹੇ ਨਾਨਕ, ਜਿਹੜੇ ਮਨੁੱਖ ਪ੍ਰਭੂ ਦਾ ਨਾਮ ਹਿਰਦੇ ਵਿੱਚ ਵਸਾਈ ਰੱਖਦੇ ਹਨ ਉਹ ਸੋਹਣੇ ਜੀਵਨ ਵਾਲੇ ਬਣ ਜਾਂਦੇ ਹਨ, ਸਦਾ ਥਿਰ ਪ੍ਰਭੂ ਦੇ ਦਰ 'ਤੇ ਉਹਨਾਂ ਨੂੰ ਇੱਜ਼ਤ ਮਿਲਦੀ ਹੈ। ਸੋਰਠ ਮਹਿਲਾ ਤੀਜਾ ਦੋ ਤੁਕੇ, ਸਤਿਗੁਰ ਮਿਲਿਆ ਉਲਟੀ ਪਈ ਪਾਈ, ਜੀਵਤ ਮਰੈ ਤਾਂ ਬੂਝ ਪਾਏ, ਸੋ ਗੁਰੂ ਸੋ ਸਿੱਖ ਹੈ ਪਾਈ, ਜਿਸ ਜੋਤੀ ਜੋਤ ਮਿਲਾਏ। ਸਤਿਗੁਰ ਮਿਲਿਆ ਉਲਟੀ ਪਈ, ਇੱਕ ਮਨੁੱਖ ਸੁੱਤੇ ਸਿੱਧ ਆਪਣਾ ਜੀਵਨ ਚਲਾ ਰਿਹਾ, ਜੋ ਮਨ 'ਚ ਆਉਂਦਾ ਕਰੀ ਜਾ ਰਿਹਾ,
ਵਿਕਾਰਾਂ ਦੇ ਵਿੱਚ ਰੁੱਝਿਆ ਹੋਇਆ, ਪਰ ਫਿਰ ਉਹਨੂੰ ਗੁਰੂ ਮਿਲ ਜਾਂਦਾ। ਜਦੋਂ ਗੁਰੂ ਮਿਲ ਜਾਂਦਾ ਤਾਂ ਉਹਦੀ ਪੂਰੀ ਸੁਰਤ ਹੀ ਉਲਟ ਜਾਂਦੀ ਹੈ, ਪਲਟੀ ਖਾ ਜਾਂਦੀ ਹੈ। ਜੀਵਤ ਮਰੈ ਉਹ ਦੁਨੀਆਂ ਦੇ ਕਾਰ ਵਿਆਰ ਕਰਦਾ ਹੋਇਆ ਹੀ ਵਿਕਾਰਾਂ ਵੱਲੋਂ ਅਸ਼ੋਹ ਹੋ ਜਾਂਦਾ ਹੈ, ਤਾਂ ਬੂਝ ਪਾਏ ਅਤੇ ਆਤਮਕ ਜੀਵਨ ਦੀ ਉਹਨੂੰ ਸਮਝ ਆ ਜਾਂਦੀ ਹੈ। ਸੋ ਗੁਰੂ ਸੋ ਸਿੱਖ ਹੈ ਭਾਈ, ਗੁਰੂ ਦਾ ਅਸਲ ਸਿੱਖ ਉਹ ਹੈ ਭਾਈ, ਜਿਸ ਜੋਤੀ ਜੋਤ ਮਿਲਾਏ, ਜਿਸਨੇ ਆਪਣੀ ਆਤਮਾ ਨੂੰ ਪਰਮਾਤਮਾ ਦੇ ਨਾਲ ਮਿਲਾ ਲਿਆ। ਜਿਸ ਨੂੰ ਪਰਮਾਤਮਾ ਕੋਈ ਦੂਰ ਵਸਦਾ ਦਿਸਣ ਦੀ ਬਜਾਏ ਆਪਣੇ ਅੰਦਰੋਂ ਹੀ ਦਿਸ ਪੈਂਦਾ, ਜਿਹਦੇ ਅੰਦਰ ਇਹ ਅਹਿਸਾਸ ਹੋ ਜਾਂਦਾ ਕਿ ਪਰਮਾਤਮਾ ਕਿਤੇ ਦੂਰ ਨਹੀਂ ਵਸਦਾ, ਕਿਸੇ ਖਾਸ ਥਾਂ 'ਤੇ ਨਹੀਂ ਵਸਦਾ, ਉਹਦੇ ਅੰਦਰ ਹੀ ਵਸਦਾ। ਉਹ ਸ੍ਰਿਸ਼ਟੀ ਦੇ ਕਣ ਕਣ 'ਚ ਵਸਦਾ, ਕਿ ਉਹਦੇ ਅੰਦਰ ਵਸਦੀ ਆਤਮਾ ਵੀ ਪਰਮਾਤਮਾ ਦੀ ਦੇਣ ਹੈ, ਕਿ ਉਹਦੇ ਚੱਲਦੇ ਸਾਹ, ਉਹਦਾ ਧੜਕਦਾ ਦਿਲ ਪਰਮਾਤਮਾ ਦੀ ਬਖਸ਼ੀ ਹੋਈ ਨਿਆਮਤ ਹੈ। ਬਾਹਰੋਂ ਪਰਮਾਤਮਾ ਦੀ ਖੋਜ ਉਹਦੀ ਖਤਮ ਹੋ ਜਾਂਦੀ ਹੈ, ਅਤੇ ਜਿਸ ਦੀ ਇਹ ਖੋਜ ਖਤਮ ਹੋ ਗਈ, ਸੋ ਗੁਰੂ ਸੋ ਸਿੱਖ ਹੈ ਭਾਈ, ਗੁਰੂ ਦਾ ਅਸਲ ਸਿੱਖ ਉਹ ਹੈ। ਮਨ ਰੇ ਹਰ ਹਰ ਸੇਤੀ ਲਿਵ ਲਾਏ, ਮਨ ਹਰ ਜਪ ਮੀਠਾ ਲਾਗੈ ਭਾਈ, ਗੁਰਮੁਖ ਪਾਏ ਹਰ ਥਾਏ ਰਹਾਉ। ਹੇ ਮਨ, ਸਦਾ ਪਰਮਾਤਮਾ ਨਾਲ ਸੁਰਤ ਜੋੜੀ ਰੱਖ। ਹੇ ਮਨ, ਮੁੜ ਮੁੜ ਜਪ ਜਪ ਕੇ ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ। ਹੇ ਭਾਈ, ਗੁਰੂ ਦੀ ਸ਼ਰਨ ਪੈਣ ਵਾਲਾ ਮਨੁੱਖ ਪ੍ਰਭੂ ਦੀ ਹਜ਼ੂਰੀ ਵਿੱਚ ਥਾਂ ਲੱਭ ਲੈਂਦਾ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨ ਮੁਖ ਦੂਜੈ ਪਾਏ, ਤੋ ਕੁੱਟੈ ਮਨ ਮੁਖ ਕਰਮ ਕਰੈ ਭਾਈ, ਪੱਲੈ ਕਿਛੂ ਨਾ ਪਾਏ। ਬਿਨ ਗੁਰ ਪ੍ਰੀਤ ਨਾ ਉਪਜੈ ਪਾਈ। ਜੇ ਅਸੀਂ ਚਾਹੁੰਦੇ ਹਾਂ ਕਿ ਪਰਮਾਤਮਾ ਦੇ ਪ੍ਰਤੀ ਸਾਡੇ ਅੰਦਰ ਪ੍ਰੇਮ ਪੈਦਾ ਹੋਵੇ, ਤਾਂ ਗੁਰੂ ਦੇ ਲੜ ਲੱਗਣਾ ਹੀ ਪੈਣਾ ਹੈ। ਬਿਨ ਗੁਰ ਪ੍ਰੀਤ ਨਾ ਉਪਜੈ ਭਾਈ, ਮਨਮੁਖ ਦੂਜੈ ਭਾਈ, ਗੁਰੂ ਤੋਂ ਬਿਨਾਂ ਪ੍ਰਭੂ ਦਾ ਪਿਆਰ ਜਿਹੜਾ ਹੈ ਸਾਡੇ ਮਨ ਦੇ ਅੰਦਰ ਪੈਦਾ ਨਹੀਂ ਹੁੰਦਾ। ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਜਿਹੜਾ ਗੁਰੂ ਦੇ ਲੜ ਨਹੀਂ ਲੱਗਿਆ, ਉਹ ਮਨਮੁੱਖ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਹੈ, ਉਹ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਦੇ ਪਿਆਰ 'ਚ ਟਿਕਿਆ ਰਹਿੰਦਾ। ਤੋਹ ਕੁੱਟੈ ਮਨਮੁੱਖ ਕਰਮ ਕਰੈ ਭਾਈ, ਪੱਲੈ ਕਿਛੂ ਨਾ ਪਾਈ। ਤੋਹ ਕੁੱਟੈ ਤੋਂ ਭਾਵ ਹੈ ਦਾਣਿਆਂ ਦੇ ਉੱਪਰਲੇ ਸਿੱਕੜ ਕੁੱਟਣੇ। ਹੁਣ ਤਾਂ ਚਲੋ ਮਸ਼ੀਨੀ ਯੁੱਗ ਹੈ, ਕਣਕ ਚਾਵਲ ਆਦਿਕ ਮਸ਼ੀਨਾਂ ਦੇ ਨਾਲ ਕੱਢ ਲਏ ਜਾਂਦੇ ਨੇ, ਸਿੱਕੜ ਅੱਡ ਹੋ ਜਾਂਦਾ, ਦਾਣੇ ਅੱਡ ਹੋ ਜਾਂਦੇ ਆ। ਪਰ ਅੱਜ ਤੋਂ 5-6 ਦਹਾਕੇ ਪਹਿਲਾਂ ਤੱਕ ਵੀ ਕਣਕ ਨੂੰ ਕੁੱਟ ਕੁੱਟ ਕੇ ਵਿੱਚੋਂ ਦਾਣੇ ਅਲੱਗ ਕੀਤੇ ਜਾਂਦੇ ਸੀ। ਪਿੰਡਾਂ ਦੇ ਵਿੱਚ ਅਕਸਰ ਹੀ ਇੱਕ ਥਾਂ ਹੁੰਦੀ ਹੈ ਜਿਹਨੂੰ ਪਿੜ ਕਿਹਾ ਜਾਂਦਾ ਹੈ। ਜੇਕਰ ਉਹ ਜਗ੍ਹਾਵਾਂ ਅੱਜ ਵੀ ਖਾਲੀ ਹਨ, ਤਾਂ ਉਹ ਜਾਂ ਤਾਂ ਬੱਚਿਆਂ ਦੇ ਖੇਡਣ ਦੇ ਕੰਮ ਆਉਂਦੀਆਂ ਹੋਣਗੀਆਂ, ਜਾਂ ਫਿਰ ਕਈ ਵਾਰ ਸਵਾਣੀਆਂ ਗਹੀਰੇ ਵਗੈਰਾ ਲਗਾ ਲੈਂਦੀਆਂ, ਪਾਥੀਆਂ ਪੱਥ ਲੈਂਦੀਆਂ ਉਸ ਥਾਂ ਦੇ ਵਿੱਚ। ਪਰ ਕਿਸੇ ਸਮੇਂ ਉਸ ਪਿੜ ਦਾ ਇਸਤੇਮਾਲ ਦਾਣੇ ਕੱਢਣ ਦੇ ਲਈ ਕੀਤਾ ਜਾਂਦਾ ਸੀ। ਉਸ ਥਾਂ ਦੇ ਉੱਪਰ ਵੱਡੀ ਖਾਲੀ ਥਾਂ ਹੁੰਦੀ ਸੀ, ਉੱਥੇ ਕਣਕ ਵਗੈਰਾ ਸਿੱਟ ਲਈ ਜਾਂਦੀ ਸੀ, ਉਹਨੂੰ ਕੁੱਟਿਆ ਜਾਂਦਾ ਸੀ, ਕੁੱਟ ਕੇ ਦਾਣੇ ਅਲੱਗ ਕਰ ਲਏ ਜਾਂਦੇ ਸਨ, ਸਿੱਕੜ ਅਲੱਗ ਕਰ ਲਿਆ ਜਾਂਦਾ ਸੀ। ਹੁਣ ਜੇ ਉਸ ਸਿੱਕੜ ਨੂੰ ਹੀ ਕੁੱਟੀ ਜਾਇਆ ਜਾਵੇ,
ਤਾਂ ਉਹਦੇ ਵਿੱਚੋਂ ਤਾਂ ਕੁਝ ਹਾਸਲ ਨਹੀਂ ਹੋਣਾ। ਇਹ ਕਹਿ ਲਓ ਕਿ ਜੋ ਗੁਰਮੁਖ ਹੈ ਉਹ ਕਣਕ ਨੂੰ ਕੁੱਟ ਕੇ ਵਿੱਚੋਂ ਦਾਣੇ ਕੱਢ ਲੈਂਦਾ ਹੈ, ਅਤੇ ਜਿਹੜਾ ਮਨਮੁਖ ਹੈ ਉਹ ਬਾਕੀ ਬੱਚੇ ਸਿੱਕੜ ਨੂੰ ਕੁੱਟਦਾ ਰਹਿੰਦਾ, ਪੱਲੇ ਉਹਦੇ ਕੁਝ ਨਹੀਂ ਪੈਂਦਾ। ਹੁਣ ਇਹਦਾ ਅਰਥ ਕੀ ਬਣਦਾ ਹੈ ਕਿ ਜਿਹੜਾ ਗੁਰਮੁਖ ਹੈ ਉਹ ਤਾਂ ਗੁਰੂ ਦੇ ਲੜ ਲੱਗ ਗਿਆ, ਗੁਰੂ ਦੀਆਂ ਸਿੱਖਿਆਵਾਂ ਨੂੰ ਉਹਨੇ ਸੁਣ ਲਿਆ, ਸਮਝ ਲਿਆ, ਆਪਣੇ ਆਤਮਿਕ ਜੀਵਨ ਦੀ ਪੜਤਾਲ ਕਰ ਲਈ, ਆਪਣੇ ਅੰਦਰੋਂ ਪਰਮਾਤਮਾ ਨੂੰ ਮਹਿਸੂਸ ਕਰ ਲਿਆ, ਪਰਮਾਤਮਾ ਦੇ ਗੁਣਾਂ ਦੀ ਵਿਚਾਰ ਕਰ ਲਈ, ਆਨੰਦਿਤ ਰਹਿਣ ਲੱਗ ਗਿਆ। ਜਿਹੜਾ ਮਨਮੁੱਖ ਹੈ ਉਹ ਧਾਰਮਿਕ ਕਾਰਜਾਂ 'ਚ ਰੁੱਝ ਗਿਆ, ਉਹ ਦੂਰ ਦੁਰਾਡੀਆਂ ਥਾਵਾਂ 'ਤੇ ਤੁਰਿਆ ਫਿਰਦਾ, ਤੀਰਥ ਇਸ਼ਨਾਨ ਕਰਦਾ, ਉਹ ਨਿਯਮਿਤ ਤੌਰ 'ਤੇ ਧਾਰਮਿਕ ਕਿਰਿਆਵਾਂ ਕਰਦਾ ਰਹਿੰਦਾ। ਉਹਦਾ ਜ਼ੋਰ ਲੱਗਿਆ ਹੈ ਇੱਕ ਖਾਸ ਤਰ੍ਹਾਂ ਦਾ ਧਾਰਮਿਕ ਪਹਿਰਾਵਾ ਪਹਿਨਣ ਦੇ ਵਿੱਚ, ਮਾਲਾ ਫੇਰਨ ਦੇ ਵਿੱਚ, ਟੱਲੀਆਂ ਖੜਕਾਉਣ ਦੇ ਵਿੱਚ। ਜਿਸ ਫਿਜ਼ੀਕਲ ਵਸਤੂ ਨੂੰ ਉਹਨੇ ਰੱਬ ਮੰਨ ਲਿਆ ਉਹਨੂੰ ਸੰਵਾਰਨ ਸ਼ਿੰਗਾਰਨ ਦੇ ਵਿੱਚ, ਅਤੇ ਇਹਨਾਂ ਸਾਰੇ ਹੀ ਧਾਰਮਿਕ ਕੰਮਾਂ ਦਾ ਆਤਮਿਕ ਤੌਰ 'ਤੇ ਉਹਨੂੰ ਕੋਈ ਵੀ ਲਾਭ ਨਹੀਂ ਹੁੰਦਾ। ਇਹਨਾਂ ਧਾਰਮਿਕ ਕੰਮਾਂ ਦੇ ਵਿੱਚ ਰੁੱਝੇ ਰਹਿਣਾ ਤੋਹ ਕੁੱਟਣ ਦੇ ਬਰਾਬਰ ਹੈ, ਸਿੱਕੜ ਕੁੱਟਣ ਦੇ ਬਰਾਬਰ ਹੈ। ਗੁਰ ਮਿਲਿਆ ਨਾਮ ਮਨ ਰਵਿਆ ਭਾਈ, ਸਾਚੀ ਪ੍ਰੀਤ ਪਿਆਰ ਸਦਾ ਹਰ ਕੇ ਗੁਣ ਰਵੈ ਭਾਈ, ਗੁਰ ਕੈ ਹੇਤ ਅਪਾਰ। ਹੇ ਭਾਈ, ਜੇ ਮਨੁੱਖ ਨੂੰ ਗੁਰੂ ਮਿਲ ਪਏ ਤਾਂ ਪਰਮਾਤਮਾ ਦਾ ਨਾਮ ਉਹਦੇ ਮਨ ਵਿੱਚ ਸਦਾ ਵਸਿਆ ਰਹਿੰਦਾ ਹੈ, ਮਨੁੱਖ ਸਦਾ ਸਿਰ ਪ੍ਰਭੂ ਦੀ ਪ੍ਰੀਤ ਵਿੱਚ ਪਿਆਰ ਵਿੱਚ ਮਗਨ ਰਹਿੰਦਾ ਹੈ। ਹੇ ਭਾਈ, ਗੁਰੂ ਦੇ ਬਖਸ਼ੇ ਅਤੁੱਟ ਪਿਆਰ ਦੀ ਬਰਕਤ ਨਾਲ ਉਹ ਸਦਾ ਪਰਮਾਤਮਾ ਦੇ ਗੁਣ ਗਾਉਂਦਾ ਰਹਿੰਦਾ। ਆਇਆ ਸੋ ਪ੍ਰਵਾਨ ਹੈ ਭਾਈ, ਜੇ ਗੁਰ ਸੇਵਾ ਚਿੱਤ ਲਾਏ, ਨਾਨਕ ਨਾਮ ਹਰ ਪਾਈਐ ਭਾਈ, ਗੁਰ ਸ਼ਬਦੀ ਮਿਲਾਏ। ਇਹ ਭਾਈ, ਜਿਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਵਿੱਚ ਚਿੱਤ ਜੋੜਦਾ ਹੈ ਉਹਦਾ ਜਗਤ ਦੇ ਵਿੱਚ ਆਉਣਾ ਸਫਲ ਹੋ ਜਾਂਦਾ ਹੈ। ਹੇ ਨਾਨਕ, ਗੁਰੂ ਦੇ ਰਾਹੀਂ ਪਰਮਾਤਮਾ ਦਾ ਨਾਮ ਪ੍ਰਾਪਤ ਹੋ ਜਾਂਦਾ ਹੈ, ਗੁਰੂ ਦੇ ਸ਼ਬਦ ਦੀ ਬਰਕਤ ਨਾਲ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ। ਸੋ ਇਸ ਦੇ ਨਾਲ ਹੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 602 ਅੰਗ ਦੀ ਗੁਰਬਾਣੀ ਦੀ ਵਿਆਖਿਆ ਦੀ ਸਮਾਪਤੀ ਹੁੰਦੀ ਹੈ ਜੀ। ਦੋ ਭਾਗਾਂ ਦੇ ਵਿੱਚ ਇਸ ਅੰਗ ਦੀ ਗੁਰਬਾਣੀ ਨੂੰ ਆਪਾਂ ਪੜ੍ਹਿਆ ਹੈ। ਪਰਮਾਤਮਾ ਦੀ ਰਜ਼ਾ ਦੀ ਗੱਲ ਬੜੇ ਵਾਰ ਹੁੰਦੀ ਹੈ। ਇਸ ਅੰਗ ਦੀ ਗੁਰਬਾਣੀ ਦੇ ਰਾਹੀਂ ਅਸੀਂ ਗੁਰੂ ਦੀ ਰਜ਼ਾ ਬਾਰੇ ਸਮਝਿਆ, ਗੁਰੂ ਦਾ ਅਸਲ ਸਿੱਖ ਕਿਹੜਾ ਹੈ ਇਹ ਜਾਣਿਆ, ਇਹ ਸਮਝਿਆ ਕਿ ਗੁਰੂ ਦੇ ਲੜ ਜਦੋਂ ਅਸੀਂ ਲੱਗ ਜਾਂਦੇ ਹਾਂ ਤਾਂ ਸਾਡੇ ਵਿੱਚ ਕੀ ਤਬਦੀਲੀ ਆਉਂਦੀ ਹੈ, ਕਿ ਗੁਰੂ ਦੇ ਲੜ ਲੱਗ ਕੇ ਅਸੀਂ ਆਪਣੇ ਆਤਮਿਕ ਜੀਵਨ ਨੂੰ ਪੜਤਾਲਣਾ ਸ਼ੁਰੂ ਕਰਦੇ ਹਾਂ, ਅਤੇ ਉੱਥੋਂ ਹੋਈ ਸ਼ੁਰੂਆਤ ਨਿਬੜਦੀ ਇੱਥੇ ਹੈ ਕਿ ਪਰਮਾਤਮਾ ਸਦਾ ਸਾਡੇ ਹਿਰਦੇ 'ਚ ਟਿਕਿਆ ਰਹਿੰਦਾ, ਸਾਨੂੰ ਸਦਾ ਹੀ ਪਰਮਾਤਮਾ ਦੀ ਮੌਜੂਦਗੀ ਦਾ ਅਹਿਸਾਸ ਹੋਇਆ ਰਹਿੰਦਾ ਅਤੇ ਆਨੰਦ ਸਾਡੇ ਅੰਦਰ ਬਣਿਆ ਰਹਿੰਦਾ। ਉਮੀਦ ਕਰਦੇ ਹਾਂ ਇਹ ਸਾਰੀਆਂ ਗੱਲਾਂ ਤੁਹਾਨੂੰ ਜ਼ਰੂਰ ਸਮਝ ਆਈਆਂ ਹੋਣਗੀਆਂ। ਅੱਗੇ ਲੋਕਾਂ ਦੇ ਤੱਕ ਇਹਨਾਂ ਸਿੱਖਿਆਵਾਂ ਨੂੰ ਪਹੁੰਚਾਉਣ ਦੀ ਖੇਚਲਾ ਕਰਿਆ ਕਰੋ। ਜਿੰਨੇ ਜ਼ਿਆਦਾ ਲੋਕ ਗੁਰੂ ਦੀ ਬਾਣੀ ਨੂੰ ਸਮਝਣਗੇ ਇਸ ਦੁਨੀਆ ਦੇ ਵਿੱਚ, ਓਨੀ ਹੀ ਸ਼ਾਂਤੀ ਫੈਲੇਗੀ। ਵੀਡੀਓ ਨੂੰ ਅੰਤ ਤੱਕ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।